ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅਤੇ ਆਪਣਾ ਜੀ ਸੰਡੇ ਸਵੇਰ ਤੋਂ ਵਲੌਗ ਸ਼ੁਰੂ ਕੀਤਾ ਮੈਂ। ਅਤੇ ਆ ਨਾ ਕੁਛ ਮੈਂ ਕੱਪੜੇ ਸੀਗੇ ਬੱਚੇ ਦੇ, ਛੋਟੇ ਛੋਟੇ ਕੱਪੜੇ ਸੀ ਕਾਫੀ ਪਹਿਲਾਂ ਦੇ। ਅਤੇ ਮੈਂ ਕਿਹਾ ਚਲੋ ਗਰਮੀਆਂ ਦੇ ਵੀ ਨੇ ਪਿੱਛੇ, ਸਰਦੀਆਂ ਦੇ ਵੀ ਕੱਢਾਂਗੀ ਬੈੱਡ 'ਚੋਂ। ਅਤੇ ਸਾਡੇ ਨਾ ਇੱਧਰ ਆਸ਼ਰਮ ਦੀ ਗੱਡੀ ਆਉਂਦੀ ਹੁੰਦੀ ਹੈ ਆਸ਼ਰਮ ਵਾਲਿਆਂ ਦੀ। ਅਤੇ ਜਦੋਂ ਵੀ ਕੋਈ ਜਿੱਦਾਂ ਹੁਣ ਕੱਪੜੇ ਆਪਣੇ ਘਰਾਂ ਦੇ ਵਿੱਚ ਜਿਵੇਂ ਕੱਪੜੇ ਹੋ ਗਏ, ਚਾਦਰਾਂ ਹੋ ਗਈਆਂ, ਅਤੇ ਜੇ ਕਿਸੇ ਨੇ ਰਾਸ਼ਨ ਵਗੈਰਾ ਵੀ ਦੇਣਾ ਹੋਵੇ, ਕੰਬਲ ਕੁੰਬਲ ਕੁਛ ਵੀ ਆਪਾਂ ਦੇ ਸਕਦੇ ਹਾਂ ਜਿਹੜੇ ਆਪਾਂ ਚਲੋ ਯੂਜ਼ ਨਹੀਂ ਕਰਦੇ ਹਾਂ। ਅਤੇ ਉਹ ਫਿਰ ਗੱਡੀ ਦਾ ਪਤਾ ਨਹੀਂ ਹੁੰਦਾ, ਕਿਸੇ ਟਾਈਮ ਵੀ ਆ ਜਾਂਦੀ ਹੁੰਦੀ ਹੈ, 2-2.5 ਮਹੀਨੇ ਬਾਅਦ ਆਉਂਦੀ ਹੁੰਦੀ ਹੈ। ਅਤੇ ਫਿਰ ਪਹਿਲਾਂ ਹੀ ਮੈਂ ਕੱਢ ਕੇ ਨਾ ਰੱਖ ਲਵਾਂਗੀ ਕੱਪੜੇ, ਗੱਠਰ ਬੰਨ ਕੇ ਰੱਖ ਦਾਂਗੀ, ਫਿਰ ਜਦੋਂ ਗੱਡੀ ਆਊਗੀ ਤਾਂ ਫਿਰ ਆਪਾਂ ਗੱਠਰ ਚੱਕ ਕੇ ਦੇ ਦਾਂਗੇ। ਅਤੇ ਅੱਗੇ ਵੀ ਮੈਂ ਸਰਦੀਆਂ ਦੇ ਕੱਢੇ ਸੀ ਜਦੋਂ ਕੱਪੜੇ, ਉਦੋਂ ਵੀ ਦਿੱਤੇ ਸੀਗੇ। ਅਤੇ ਹੁਣ ਵੀ ਵਿੱਚ ਨਾ ਗੱਡੀ ਆਈ ਤਾਂ ਸੀਗੀ ਮਹੀਨਾ ਪਹਿਲਾਂ, ਪਰ ਉਸ ਟਾਈਮ ਮੈਂ ਬਹੁਤ ਜ਼ਿਆਦਾ ਬਿਮਾਰ ਸੀਗੀ ਅਤੇ ਫਿਰ ਮੇਰੇ 'ਚ ਉੱਠਣ ਦੀ ਵੀ ਹਿੰਮਤ ਨਹੀਂ ਸੀ ਬੈੱਡ ਬੁੱਡ ਖੋਲ੍ਹਣ ਦੀ, ਇਸ ਕਰਕੇ ਫਿਰ ਮੈਂ ਨਹੀਂ ਫੜਾਏ। ਅਤੇ ਮੈਂ ਕਿਹਾ ਚਲੋ ਹੁਣ ਥੋੜ੍ਹੇ ਜਿਹੇ ਗਰਮੀਆਂ ਦੇ ਵੀ ਨਾਲ ਕੱਢ ਦਿੰਦੀ ਹਾਂ ਹੋਰ ਕੱਪੜੇ। ਅਤੇ ਇੱਧਰ ਨਾ ਮੈਂ ਸਰਦੀਆਂ ਦੇ ਵੀ ਹਲੇ ਕੱਪੜੇ ਸਾਂਭੇ ਨਹੀਂ ਸੀ, ਸਾਂਭਣ ਲੱਗੀ ਹਾਂ ਹੁਣ। ਵਿੱਚ ਮੌਸਮ ਫਿਰ ਹੋ ਗਿਆ ਸੀ ਨਾ ਠੰਡ ਠੁੰਡ ਵਾਲਾ, ਅਤੇ ਮੈਂ ਕਿਹਾ ਚਲੋ ਹੁਣ ਨਾਲੇ ਸਰਦੀਆਂ ਦੇ ਆਪਾਂ ਰੱਖ ਦਿੰਦੇ ਹਾਂ, ਜਿਹੜੇ ਨਹੀਂ ਪਾਉਣੇ ਉਹਨਾਂ ਨੂੰ ਆਪਾਂ ਨਹੀਂ ਰੱਖਾਂਗੇ ਸਰਦੀਆਂ ਦੇ, ਉਹ ਵੀ ਵਿੱਚ ਦੇ ਦਾਂਗੇ। ਅਤੇ ਆਹ ਦੇਖੋ ਜੀ ਬੈੱਡ ਦੇ ਉੱਤੇ ਕਿੰਨੀ ਮਿੱਟੀ ਹੈ, ਗੱਦੇ ਚੱਕੇ ਨੇ, ਅਤੇ ਗੱਦਿਆਂ ਦੇ ਵਿੱਚੋਂ ਗੱਦੇ ਨਾ ਮੇਰੇ ਕਾਫੀ ਪੁਰਾਣੇ ਹੋਏ ਪਏ ਨੇ, ਕਾਫੀ ਜ਼ਿਆਦਾ ਬੇਕਾਰ ਹੋਏ ਪਏ ਨੇ ਅਤੇ ਚੇਂਜ ਕਰਨ ਵਾਲੇ ਨੇ, ਅਤੇ ਬਹੁਤ ਜ਼ਿਆਦਾ ਮਿੱਟੀ ਮਿੱਟੀ ਆ ਦੇਖੋ ਕਿੰਨੀ ਨਿਕਲੀ ਹੈ। ਅਤੇ ਪਹਿਲਾਂ ਮੈਂ ਸਾਰੇ ਨਾ ਬੈੱਡ ਗੱਦੇ ਚੱਕ ਕੇ ਉੱਤੋਂ ਝਾੜੂ ਨਾਲ ਮਿੱਟੀ ਇਕੱਠੀ ਕੀਤੀ ਹੈ, ਅਤੇ ਹੁਣ ਨਾ ਮੈਂ ਡਿਟੋਲ ਵਾਲੇ ਪਾਣੀ ਨਾਲ ਨਾ ਗਿੱਲਾ ਕੱਪੜਾ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰਦੀ ਪਈ ਹਾਂ ਵੀ ਚਲੋ ਮਿੱਟੀ ਨਾ ਚੰਗੀ ਤਰ੍ਹਾਂ ਨਿਕਲ ਜੂਗੀ ਜਿਹੜੀ ਲੱਕੜ ਦੇ ਵਿੱਚ ਹੈਗੀ ਹੈ। ਐਨ ਬਿਲਕੁਲ ਨਾ ਪਾਊਡਰ ਪਾਊਡਰ ਵਰਗੀ ਸੀਗੀ ਮਿੱਟੀ, ਇੰਨੀ ਬਰੀਕ ਬਰੀਕ। ਅਤੇ ਬੈੱਡ ਵੀ ਮੇਰਾ ਨਾ ਬਿਲਕੁਲ ਕੰਨ ਦੇ ਨਾਲ ਲੱਗਿਆ ਹੋਇਆ, ਮੱਛਰ ਵੀ ਬਹੁਤ ਜ਼ਿਆਦਾ ਲੜਦੇ ਆ, ਥੋੜ੍ਹੀ ਸਫਾਈ ਹੋ ਜੂਗੀ ਡਿਟੋਲ ਦੇ ਪਾਣੀ ਨਾਲ। ਅਤੇ ਆਹ ਦੇਖੋ ਜੀ ਬੈੱਡ ਮੈਂ ਚੰਗੀ ਤਰ੍ਹਾਂ ਨਾ ਗਿੱਲੇ ਸੁੱਕੇ ਕੱਪੜਿਆਂ ਨਾਲ ਸਾਫ਼ ਕਰ ਦਿੱਤੇ ਨੇ, ਢੋ ਢੂ ਸਾਰੀ ਚੰਗੀ ਤਰ੍ਹਾਂ ਸਾਫ਼ ਕਰ ਦਿੱਤੀ ਹੈ। ਅਤੇ ਹੁਣ ਮੈਂ ਬੈੱਡ ਖੋਲ੍ਹਦੀ ਹਾਂ, ਅਤੇ ਹੁਣ ਬੈੱਡ ਦੇ ਵਿੱਚੋਂ ਦੇਖਾਂਗੀ ਜਿਹੜੇ ਇੱਧਰ ਕੱਪੜੇ ਰਜਾਈ ਵਗੈਰਾ ਰੱਖੀ ਉਹਨਾਂ ਉੱਪਰਲੇ ਬੈੱਡ 'ਚ ਕਰ ਦਾਂਗੀ, ਕਿਉਂਕਿ ਇਹ ਤਾਂ ਹੁਣ ਆਪਾਂ ਸਰਦੀਆਂ ਨੂੰ ਹੀ ਕੱਢਣੇ ਹੈ। ਅਤੇ ਗਰਮੀਆਂ ਵਾਲੇ ਜਿਹੜੇ ਨੇ ਉਹ ਇਸ ਸਾਈਡ ਰੱਖ ਲਵਾਂਗੇ, ਜਿਹੜੇ ਨੇੜੇ ਫਟਾਫਟ ਆਪਾਂ ਖੋਲ੍ਹ ਕੇ ਕੱਢ ਸਕੀਏ। ਅਤੇ ਆਹ ਦੇਖੋ ਜੀ ਕਿੰਨੀ ਮਿੱਟੀ ਹੈ ਫਰਸ਼ 'ਤੇ ਵੀ, ਅਤੇ ਜਿਹੜੇ ਦੇਣ ਵਾਲੇ ਸੀਗੇ ਉਹ ਮੈਂ ਕਾਫੀ ਵੱਡਾ ਸਾਰਾ ਗੱਠਰ ਭਰ ਕੇ ਨਾ ਕੱਪੜੇ ਬੰਨ ਦਿੱਤੇ ਨੇ, ਹੁਣ ਜਦੋਂ ਵੀ ਗੱਡੀ ਆਊਗੀ ਆਪਾਂ ਚਲੋ ਫਟਾਫਟ ਫੜਾ ਦਾਂਗੇ ਉਹਨਾਂ ਨੂੰ, ਚਲੋ ਕਿਸੇ ਗਰੀਬ ਦਾ ਹੈ ਨਾ ਕੰਮ ਆਉਣਗੇ, ਭਲਾ ਹੋਊਗਾ। ਅਤੇ ਹੁਣ ਜੀ ਮੈਂ ਬੈੱਡ ਬੁੱਡ ਸਾਰੇ ਨਾ ਅੰਦਰੋਂ ਵੀ ਚੰਗੀ ਤਰ੍ਹਾਂ ਸਾਫ਼ ਕਰਤੇ, ਕੱਪੜੇ ਵਗੈਰਾ ਰੱਖ ਦਿੱਤੇ ਨੇ ਸਾਰੇ, ਅਤੇ ਹੁਣ ਮੈਂ ਸਾਰੀ ਨਾ ਝਾੜੂ ਵਗੈਰਾ ਕੱਢ ਲਿਆ, ਅਤੇ ਹੁਣ ਆਪਾਂ ਸਾਰਾ ਚੰਗੀ ਤਰ੍ਹਾਂ ਧੋਵਾਂਗੇ। ਗੱਦੇ ਵਗੈਰਾ ਵੀ ਡਾਹਤੇ ਸੀਗੇ ਬਾਹਰ ਲਿਆ ਕੇ ਨਾ, ਸਾਰੇ ਝਾੜਤੇ ਸੀ ਗੱਦੇ, ਆ ਦੇਖੋ ਕਿੰਨੀ ਮਿੱਟੀ ਬਾਹਰ ਵੀ ਹੈਗੀ ਹੈ। ਹਲੇ ਮੈਂ ਸੁੱਕਾ ਝਾੜੂ ਕੱਢ ਕੇ ਨਾ ਮਿੱਟੀ ਬਾਹਰ ਨੂੰ ਕੱਢ ਦਿੱਤੀ ਹੈ ਥੋੜ੍ਹੀ ਜੀ, ਫਿਰ ਵੀ ਕਿੰਨੀ ਮਿੱਟੀ ਹੈ। ਅਤੇ ਸਵੇਰ ਦੀ ਲੱਗੀ ਹੋਈ ਆ, ਕਾਫੀ ਟਾਈਮ ਹੋ ਗਿਆ, ਮੇਰੇ ਸਿਰ ਦੇ ਵਿੱਚ ਵੀ ਇੰਨੀ ਧੂਲ ਮਿੱਟੀ ਜੀ ਭਰ ਗਈ ਹੈ, ਭਾਰੀ ਭਾਰੀ ਹੋਇਆ ਪਿਆ ਸਿਰ, ਹੁਣ ਇੱਕੋ ਵਾਰੀ ਨਾ ਸਾਰੀ ਸਫਾਈ ਕਰਕੇ ਨਹਾਵਾਂਗੀ। ਅਤੇ ਆਹ ਦੇਖੋ ਜੀ ਹੈ ਨਾ ਕੀੜਾ, ਅਤੇ ਮੈਨੂੰ ਲੱਗਿਆ ਸੀ ਵੀ ਜੇ ਸ਼ਾਇਦ ਬਿੱਛੂ, ਇਹ ਬਿੱਛੂ ਟੈਪ ਹੀ ਲੱਗਦਾ ਪਿਆ ਦੇਖਣ ਨੂੰ। ਸਫਾਈ ਕਰਦੀ ਪਈ ਸੀ ਮੈਂ, ਅਤੇ ਮੈਂ ਪਾਈਪ ਦਾ ਪ੍ਰੈਸ਼ਰ ਮਾਰ ਮਾਰ ਕੇ ਇਹਨੂੰ ਬਾਹਰ ਨੂੰ ਕੱਢਦੀ ਪਈ ਸੀ, ਉਹ ਫਿਰ ਅੰਦਰ ਨੂੰ ਹੀ ਆਈ ਜਾ ਰਿਹਾ ਸੀਗਾ ਥੜੀ ਕੋਲੋਂ ਦੀ। 2-3 ਵਾਰੀ ਇਹਨੂੰ ਮੈਂ ਬਾਹਰ ਕੱਢਿਆ, 2-3 ਵਾਰੀ ਫਿਰ ਅੰਦਰ ਹੀ ਆ ਗਿਆ, ਅਤੇ ਦੇਖਣ ਨੂੰ ਮੈਨੂੰ ਬਿੱਛੂ ਹੀ ਲੱਗਦਾ ਸੀ, ਪਰ ਬਿੱਛੂ ਨਹੀਂ ਸੀ, ਇਹ ਕੋਈ ਆਮ ਹੀ ਕੀੜਾ ਜਿਹਾ ਸੀਗਾ। ਲਓ ਜੀ ਹੁਣ ਮੈਂ ਸਾਰੀ ਸਫਾਈ ਵਗੈਰਾ ਕਰਕੇ ਅਤੇ ਨਹਾ ਕੇ ਆਈ ਹਾਂ, ਹੁਣ ਮੈਂ ਬਹੁਤ ਹਲਕਾ ਮਹਿਸੂਸ ਕਰਦੀ ਪਈ ਹਾਂ ਆਪਣੇ ਆਪ ਨੂੰ, ਸਿਰ ਇੰਨਾ ਭਾਰੀ ਭਾਰੀ ਹੋਇਆ ਪਿਆ ਸੀ, ਧੂਲ ਮਿੱਟੀ ਹੋਈ ਪਈ ਸੀ, ਥਕਾਵਟ ਵੀ ਹੋ ਗਈ ਸੀ ਕਾਫੀ, ਬੈੱਡ ਖੋਲ੍ਹਣ ਨੂੰ, ਚੱਕਣ ਰੱਖਣ ਨੂੰ ਕੱਪੜਿਆਂ ਨੂੰ। ਅਤੇ ਨਹਾ ਨਹੂ ਕੇ ਹੁਣ ਮੈਂ ਇੱਧਰ ਨਾ ਪੱਖੇ ਥੱਲੇ ਬੈਠੀ ਹਾਂ, ਨਾਲੇ ਮੇਰੇ ਵਾਲ ਸੁੱਕ ਜਾਣਗੇ, ਨਾਲੇ ਠੰਡੀ ਠੰਡੀ ਹਵਾ ਸਿਰ 'ਚ ਲੱਗਦੀ ਪਈ, ਬਹੁਤ ਵਧੀਆ ਲੱਗ ਰਿਹਾ। ਐਨ ਹੁਣ ਨਹਾ ਕੇ ਨਾ ਅੱਧੀ ਥਕਾਵਟ ਉਤਰ ਗਈ ਹੈ, ਅਤੇ ਹੁਣ ਮੈਂ ਜੀ ਚਾਹ ਬਣਾ ਕੇ ਪੀਵਾਂਗੀ ਸਭ ਤੋਂ ਪਹਿਲਾਂ, ਕਿਉਂਕਿ ਜਿਹੜੀ ਹੁਣ ਆਪਣੀ ਚਾਹ ਹੈ ਨਾ ਉਹ ਵੀ ਇੱਕ ਟੋਨਿਕ ਨਾਲੋਂ ਘੱਟ ਨਹੀਂ ਹੈਗੀ ਹੈ।
अद्धी थकावट चाह ना ला देनी है। तो साडा नाश्ता भी काफ़ी लेट होया पे अज्ज, आलू वगैरह तो मैं उबाल के रखे हुए ने, तो फिर हूँ पहला तो चाह ही पीवांगी। चाह मैं रख के आई हुई है रसोई दे विच, तो सारी सफाई वगैरह एन हो चुकी है, तो हूँ वधिया लगता पै सारा। तो किचन दे विच थोड़े जे मेरे भांडे पे ने हले मांजन वाले, तो चाह वगैरह पी के तो भांडे मांज के तो किचन की सफाई करके फिर मैं आलू वगैरह छिल के फिर आप नाश्ता बनावांगे। लो जी मैं हूँ बैड ते ना चादर वगैरह भी डा दित्ती है साफ धोती हुई, तो हूँ अपना कमरा बिल्कुल पहला वांगू सैट कर दिता है मैं। तो कमरा साडा छोटा है ना, तो इस करके कंध के नाल ही साडा बैड लग्या होया, रूम बहुत छोटा है, तो असी देखते पे हाँ शायद इनू सेल करांगे, तो फिर कोई होर देखांगे घर। तो हुण जी मैं रोटी वगैरह खा ली है, नाश्ता नुश्ता कर लिया सीगा, तो हुण मैं लगी हाँ जी शाम वास्ते ना टिंडे छिल के रख दिनी हाँ। तो टिंडे मैं बनाने सीगे भर के ग्रेवी वाले, पर टिंडे बहुत ज़्यादा बेकार निकले, इन्ने ज़्यादा बी पक्के हुए सी ना, इन्ने सख्त सीगे टिंडे, बस 5-6 टिंडे ही चंगी तरह साफ जे निकले ने। आ वाला तो फिर भी थोड़ा बहुत ठीक हैगा, बाकी टिंडिया ने भी तो मैं दिखावगी अगे किन्ने मोटे मोटे काले काले बी सीगे, इन्ने पक्के हुए कि चाकू नाल भी ना छिलने तो कटने औखे हो रहे से, इन्ने सख्त होए पे सीगे, बड़े बेकार लियांदे ने टिंडे दे पापा ने। तो भर के तो किसी कीमत पर नहीं बनन वाले है। आ देखो जी इन्ने कु निकले ने छोटी कढ़ाई दे विच, सानू शाम नू पूरे भी नहीं होने। तो मैं फिर इदा ही कट के ना थोड़े जे बना ले, सुके ही बनावांगी, मेरा पानी मैं सुका दाँगी, पर बने टेस्टी सीगे, बहुत टेस्टी बने सीगे, टमाटर वगैरह पा के बनाए सीगे खट्टे खट्टे जे। आ देखो काले काले किन्ने मोटे मोटे बी निकले ने टिंडिया दे विचों। तो फिर मैं नाल थोड़ी जी ना दाल बना ली है मूँ मसरां दी, लाल मसर, तो मैं कहा जे टिंडे थोड़े घट भी पैणगे तो चलो नाल दाल हो जूगी। दाल नूं भी मैं उबाल के रख लिया, तो थोड़ी थोड़ी हले ना गल तो चुकी है, मिक्स नहीं हुई हैगी दाल, यह कच्ची जी है। आ देखो जी शाम के भांड्या का भी किन्ना ढेर लग गया। तो इधर अपने टिंडे बनते पे ने, टिंडे वाली कढ़ाई के उत्ते ना मैं कुकर रख दिता है, भी वो सेके नाल ना जी दाल के माड़ी मोटी कसर हैगी है, दाल भी अपनी चंगी तरह मिक्स हो जूगी, अपने दोनों काम हो जाएंगे, गैस भी बचूगा। तो इधर जी मैं शाम का ना आटा गुन के रख दाँगी, डोंगे के ही गुन लाँगी मैं थोड़ा जहा आटा गुनना, तो नाल बनती पी हूँ शाम की चाह। तो दाल वगैरह बन गई सी, टिंडे की सब्जी भी अपनी बन गई है, तो दाल वास्ते मैं तड़का कट के रख लिया। बस जी इधर थोड़े जे भांडे पे ने, इन्हों माँज लाँगी फिर आप जी दाल नू लावांगे तड़का, तो बस फिर अपनी शाम की रोटी की तैयारी अद्धी अपनी तैयारी हो जूगी। तो आटा